सूरा सो पहचानी है जो लरै दीन के हेत पुरजा पुरजा कट मरै कबहू ना छाड़ै खेत सुकहु टल गुर सेवी है अहनस सहज सुपाई दर्शन परसे गुरु कै जन्म मरण दुख जाए होवे सिफत खसम दी नूर अरस हो कुरस हो झटी तुद डिठे सच्चे पातशाह मल जन्म जन्म दी कटी सतनाम श्री वाहिगुरु साहिब जीओ भगवती छंद तो प्रसाद कथते के अछिज दिसै के अभिज भिसै के अगंज करमै के अपंज भरमै के अछिज दिसै के अभिज भिसै साहिबां दी पावन हजूरी अंदर नतमस्तक हो रहे वडभागी सतसंगी जनों सतगुरां मेहरामत कीती है जिंदगी दा सुभाग प्राप्त होया है। आओ जितना समा सतगुरु जी मेहर करते हैं सुरत विरत एकाग्र करके गुरबाणी विच्चों रस माणीए स्वासा नूं सफल करिए। एक दो जरूरी बेनतियां कि जिन्हां गुरु दीआं संगतां ने गुरु के लंगर छक लिया वो दरबार साहब दे विच आ के सजो ते एक दूजे तो दूरी बना के बैठन की कृपालता करो। सारिया संगतां ने मास्क पहन के रखना है। आओ सतगुर दया करे दास नूं कुछ बोलण दा आप जी नूं सुनण दा बल बख्शे विचारां दी सांझ तो पहला कलगी धर दशमेश पिता सरबंस धानी पुत्रा के दानी आपे गुरचेला मर्द अगंबड़े वलों बख्शी गुरफते आपस विच सांझी करदे आं प्रेम सहित आखो जी वाहिगुरु जी का खालसा वाहिगुरु जी की फतेह। जिवें कि संगतां नूं पता है कि आपां हर एतवार जिस दिन कोई विशेष इतिहासक दिहाड़ा जां गुरपुरब दिहाड़ा ना होवे आपां कलगीधर महाराज दे पावन वचन नितनेम दी ते अमृत बाणियां दी दूसरी बाणी श्री जाप साहब जी दी कथा लड़ीवार चलदी आ रही है वो गुरु कृपा सदक आपां विचारदे हाँ। सो अज भी महाराज ने कृपा कीती जो भगवती छंद है जो जाप साहब दे विच सब तो वड्डा छंद है 22 छंद ने जाप साहब दे ते 103वां बंद ये तो अज दी विचार आपां शुरू करांगे। अमर शहीद भाई सतवंत सिंह जी ते भाई केहर सिंह जी 6 जनवरी 1999 नूं जिन्हां नूं शहीद किया गया सी वो दिहाड़ा इस वीक लंघ के गया है। उन्हां दे वी टूक मंत्र जिथे एक विचार आ गई आपां करन दा यतन करांगे। सो एक बार सारी संगत
ਅਸੀ ਸਰੂਪ ਵਿੱਚ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਭਗਵਤੀ ਛੰਦ ਤੋ ਪ੍ਰਸਾਦ ਕਥਤੇ। ਇਹ ਛੰਦ ਦਾ ਜਿਹੜਾ ਨਾਮ ਹੈ ਉਹ ਕਲਗੀਧਰ ਪਾਤਸ਼ਾਹ ਜੀ ਨੇ ਭਗਵਤੀ ਕਿਹਾ। ਇਹ ਸ਼ਬਦ ਥੋੜ੍ਹਾ ਜਿਹਾ ਵਿਚਾਰਨ ਵਾਲਾ ਹੈ। ਵੈਸੇ ਤਾਂ ਖੁੱਲ੍ਹਾ ਸਮਾਂ ਚਾਹੀਦਾ ਇਸ ਤਰ੍ਹਾਂ ਦੇ ਸ਼ਬਦਾਂ ਦੇ ਪ੍ਰਤੀ। ਜਿਹੜਾ ਮਤਭੇਦ ਪਾਇਆ ਗਿਆ, ਮਤਭੇਦ ਹੈ ਨਹੀਂ ਪਰ ਪਾ ਦਿੱਤਾ ਗਿਆ, ਇਹਦੇ ਲਈ ਇੱਕ ਵੱਖਰਾ ਦਿਨ ਚਾਹੀਦਾ ਜਿਹਦੇ ਵਿੱਚ ਆਪਾਂ ਇਹਨੂੰ ਖੁੱਲ੍ਹ ਕੇ ਸਮਝ ਸਕੀਏ। ਭਗਵਤੀ, ਭਗਉਤੀ, ਭਗਉਤ ਸ਼ਬਦ ਤੁਹਾਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ, ਦਸਮ ਬਾਣੀ ਵਿੱਚ ਅਤੇ ਭਾਈ ਗੁਰਦਾਸ ਦੀਆਂ ਰਚਨਾਵਾਂ ਦੇ ਵਿੱਚ ਇਹ ਸ਼ਬਦ ਮਿਲਣਗੇ। ਜਿਨ੍ਹਾਂ ਨੇ ਮਤਭੇਦ ਪਾਇਆ ਉਹ ਕਹਿੰਦੇ ਜੀ ਕਲਗੀਧਰ ਨੇ ਦੇਵੀ ਦੀ ਆਰਾਧਨਾ ਕੀਤੀ। ਉਹ ਟੂਕ ਕਿੱਥੋਂ ਲੈਂਦੇ ਨੇ? ਜੋ ਚੰਡੀ ਦੀ ਵਾਰ ਦਾ, ਚੰਡੀ ਦੀ ਵਾਰ ਦੀ ਪਹਿਲੀ ਪੌੜੀ ਆਪਾਂ ਅਰਦਾਸ ਵਿੱਚ ਪੜ੍ਹਦੇ ਸੁਣਦੇ ਹਾਂ, ਪ੍ਰਥਮ ਭਗਉਤੀ ਸਿਮਰਕ ਹੈ, ਸਿਮਰਕ ਹੈ, ਇੱਥੋਂ ਚੱਕਿਆ ਉਹਨਾਂ ਨੇ ਗੁਰੂ ਨਾਨਕ ਲਈ ਧਿਆਏ। ਵੀ ਇਹ ਜੀ ਭਗਉਤੀ ਦੇਵੀ ਹੈ। ਤੁਸੀਂ ਸਨਾਤਨ ਮਤ ਦੇ ਕਿਸੇ ਵੀ ਪੰਡਿਤ ਨੂੰ ਪੁੱਛੋ, ਜਿਹੜਾ ਵਿਦਵਾਨ ਹੋਵੇ, ਉਹਨਾਂ ਵਿੱਚ ਕੋਈ ਭਗਉਤੀ ਦੇਵੀ ਉਹ ਨਹੀਂ ਹੈ, ਦੁਰਗਾ ਹੈ, ਭਗਉਤੀ ਦੇਵੀ ਨਹੀਂ। ਭਾਈ ਕਾਨ ਸਿੰਘ ਨਾਭਾ ਨੇ ਭਗਉਤੀ ਸ਼ਬਦ ਦੇ ਮਹਾਨ ਕੋਸ਼ ਵਿੱਚ 6 ਅਰਥ ਕੀਤੇ ਆ। ਭਗਉਤੀ ਦਾ ਅਰਥ ਤਲਵਾਰ ਵੀ ਹੈ, ਭਗਉਤੀ ਦਾ ਅਰਥ ਪਰਮਾਤਮਾ ਵੀ ਹੈ। ਜੋ ਇਹ ਸੰਸਾਰ ਨੂੰ ਜਾਣ ਰਿਹਾ, ਪੈਦਾ ਕਰ ਰਿਹਾ, ਉਹੀ ਮਾਤਾ ਹੈ, ਉਹੀ ਪਿਤਾ ਹੈ। ਪਰਮਾਤਮਾ ਮਾਂ ਰੂਪ ਵੀ ਹੈ ਅਤੇ ਪਰਮਾਤਮਾ ਬਾਪ ਰੂਪ ਵੀ ਹੈ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਘਨੇਰੇ, ਸੂਖ ਘਨੇਰੇ। ਭਗਉਤੀ ਭਗਵੰਤ ਭਗਤ ਕਾ ਰੰਗ ਰੰਗ। ਜਾਂ ਤੁਸੀਂ ਬਾਣੀ ਪੜ੍ਹੋ ਭਗਤ ਰਵਿਦਾਸ ਸਾਹਿਬ ਜੀ ਦੀ, ਉਹ ਕਹਿੰਦੇ ਨੇ ਜੈਸੇ ਤਰ ਤਾਰ ਅਪਵਿੱਤਰ ਕਰ ਮਾਨੀਐ ਰੇ, ਕਾਗਰਾ ਕਰਤ ਵਿਚਾਰਨ ਭਗਤ ਭਗਉਤ ਲਿਖੀਐ ਤੇਹ ਉਪਰੇ, ਪੂਜੀਐ ਕਰ ਨਮਸਕਾਰਨ। ਹੁਣ ਭਗਤ ਜੀ ਨੇ ਸ਼ਬਦ ਕਿਉਂ ਵਰਤਿਆ ਫਿਰ? ਕੀ ਅਰਥ ਹੋਏ ਇਹਦੇ? ਪਹਿਲੇ ਸਮਿਆਂ ਵਿੱਚ ਤਾੜੀ ਦੇ ਦਰੱਖਤ ਦੇ ਪੱਤਿਆਂ 'ਤੇ ਲਿਖਿਆ ਜਾਂਦਾ ਸੀ, ਪਰ ਉਹ ਪੱਤਿਆਂ ਦੇ ਰਸ ਤੋਂ ਸ਼ਰਾਬ ਬਣਦੀ ਸੀ। ਜੈਸੇ ਤਾਰ ਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਤਾੜੀ ਦੇ ਦਰੱਖਤ ਦੇ ਜਿਹੜੇ ਪੱਤੇ ਸੀ ਉਹਨਾਂ ਨੂੰ ਨਿਖਿੱਧ ਮੰਨਿਆ ਜਾਂਦਾ ਸੀ ਕਿਉਂਕਿ ਉਹਨਾਂ ਦੇ ਉਸ ਦੇ ਰਸ ਤੋਂ ਸ਼ਰਾਬ ਬਣਦੀ ਸੀ। ਜੈਸੇ ਕਾਗਰਾ ਕਰਤ ਵਿਚਾਰਨ, ਪਰ ਹੋਇਆ ਕਿ ਭਗਤ ਭਗਉਤ, ਭਗਤੀ ਕਰਨ ਵਾਲਿਆਂ ਨੇ, ਭਗਤ ਭਗਤੀ ਕਰਨ ਵਾਲਿਆਂ ਨੇ, ਭਗਉਤ ਕੌਣ? ਪਰਮਾਤਮਾ। ਉਹਦੇ ਗੁਣ ਜਦੋਂ ਉਹਦੇ ਉੱਪਰ ਲਿਖਤੇ ਨਾ, ਉਹਦੀ ਵਡਿਆਈ ਉਹ ਪੱਤਿਆਂ 'ਤੇ ਲਿਖਤੀ ਜਾਂ ਉਹ ਪੱਤਿਆਂ ਤੋਂ ਬਣੇ ਕਾਗਜ਼ ਦੇ ਉੱਪਰ ਲਿਖਤੀ ਤਾਂ ਕੀ ਹੋਇਆ? ਫਿਰ ਉਹਨਾਂ ਦੇ ਵੀ ਅੱਗੇ ਸਿਜਦੇ ਹੋਣ ਲੱਗ ਗਏ। ਤਿਸ ਪੂਜੀਐ ਕਰ ਨਮਸਕਾਰਨ, ਨਮਸਕਾਰਨ। ਉਹਨਾਂ ਦੇ ਅੱਗੇ ਵੀ ਨਮਸਕਾਰਾਂ ਹੋਣ ਲੱਗ ਗਈਆਂ। ਤਾਂ ਭਗਉਤੀ ਦਾ ਅਰਥ ਦੇਵੀ ਨਹੀਂ ਹੈ, ਭਗਉਤੀ ਦਾ ਅਰਥ ਹੈ ਪਰਮਾਤਮਾ। ਪਰਮਾਤਮਾ ਦੇ ਪਿਆਰ ਦੇ ਗੀਤ ਇਹ ਛੰਦ ਦੇ ਵਿੱਚ ਨੇ, ਜੋ ਕਲਗੀਧਰ ਨੇ ਕਹੇ ਨੇ ਭਗਵਤੀ ਛੰਦ। ਅਤੇ ਕਹੇ ਕਿਵੇਂ? ਤੋ ਪ੍ਰਸਾਦ ਕਥਤੇ। ਐ ਮੇਰੇ ਮਾਲਕ ਜੀ, ਜੋ ਮੈਂ ਕਥਨ ਕਰਨ ਲੱਗਿਆ ਹਾਂ ਤੇਰੇ ਗੁਣਾਂ ਨੂੰ, ਤੇਰੀ ਸਿਫਤ ਸਲਾਹ ਨੂੰ, ਤੇਰੀ ਕਿਰਪਾ ਦੇ ਨਾਲ, ਮੇਰੇ ਪੱਲੇ ਕੁਝ ਨਹੀਂ, ਮੈਂ ਕੁਝ ਕਰ ਸਕਾਂ,
ਇਹ ਸਭ ਕੁਝ ਜੋ ਹੋਏਗਾ ਇਹ ਤੇਰੀ ਕਿਰਪਾ ਦੇ ਨਾਲ ਹੈ। ਕਿ ਆਛਿਜ ਦੇਸੈ ਕਿ ਆਭਿਜ ਭੇਸੈ, ਕਿ ਦਾ ਅਰਥ ਹੈ ਫਿਰ। ਹੁਣ ਇੱਥੇ ਜਦੋਂ ਅਸੀਂ ਇਹਦਾ ਪਾਠ ਕਰਨਾ ਨਾ, ਇੱਥੇ ਮਾਤਰਾ ਜਿਹੜੀ ਲੱਗੀ ਹੈ ਉਹ ਸਿਹਾਰੀ ਹੈ, ਨਾ ਕਿ ਲਾਂ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਨਹੀਂ ਹੈ ਇਹ। ਭਾਈ ਸਾਹਿਬ ਨੇ ਜਿਵੇਂ ਉਚਾਰਨ ਕੀਤਾ ਸ਼ੁੱਧ ਹੈ ਕਿ, ਜਿਵੇਂ ਕਿਸੇ ਚੀਜ਼ ਨੂੰ ਆਪਾਂ ਥਰੋ ਕਰਦੇ ਹਾਂ ਨਾ, ਸਿਹਾਰੀ ਦੀ ਆਵਾਜ਼ ਇਸ ਤਰ੍ਹਾਂ ਪੈਂਦੀ ਹੈ ਕਿ ਆਛਿਜ ਦਿਸੈ। ਪਿੱਛੇ ਵੀ ਪਰਮਾਤਮਾ ਦੇ ਗੁਣ ਨੇ, ਉਹਦੀ ਸਿਫਤ ਸਲਾਹ ਹੈ। ਕਲਗੀਧਰ ਕੀ ਕਹਿੰਦੇ, ਫਿਰ ਪਰਮਾਤਮਾ ਤੇਰਾ ਜਿਹੜਾ ਸਵਰੂਪ ਹੈ ਨਾ, ਤੇਰਾ ਜਿਹੜਾ ਦੇਸ ਹੈ, ਉਹ ਛਿੱਜਣ ਤੋਂ ਰਹਿਤ ਹੈ। ਜਿਵੇਂ ਆਪਾਂ ਕੱਪੜਾ ਖਰੀਦਦੇ ਹਾਂ, ਕੁਝ ਦੇਰ ਬਾਅਦ ਉਹ ਪੁਰਾਣਾ ਹੋ ਜਾਂਦਾ ਅਤੇ ਫਿਰ ਛਿੱਜ ਜਾਂਦਾ ਹੈ ਉਹ। ਪਰ ਤੇਰਾ ਜਿਹੜਾ ਸਵਰੂਪ ਹੈ, ਤੇਰਾ ਜਿਹੜਾ ਦੇਸ ਹੈ, ਉਹ ਛਿੱਜਦਾ ਨਹੀਂ, ਉਹ ਕਦੇ ਪੁਰਾਣਾ ਨਹੀਂ ਹੁੰਦਾ, ਉਹ ਕਦੇ ਨਾਸ ਨਹੀਂ ਹੁੰਦਾ। ਜਦੋਂ ਤੁਸੀਂ ਬਾਣੀ ਪੜ੍ਹੋਗੇ ਤਾਂ ਇਹਦੇ ਵਿੱਚ ਦੋ ਲੋਕਾਂ ਦੀ ਬਾਤ ਬਾਰ ਬਾਰ ਆਈ ਹੈ, ਦੋਵੇਂ ਥਾਵ ਰੱਖੇ ਗੁਰ ਸੂਰੇ, ਜਾਂ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਧੰਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਇੱਕ ਦੇਸ ਹੈ ਮਿੱਟੀ ਦਾ, ਖਾਕ ਦਾ, ਜਿਹਦੇ ਵਿੱਚ ਆਪਾਂ ਰਹਿ ਰਹੇ ਹਾਂ। ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਇਹ ਪੰਜ ਤੱਤਾਂ ਤੋਂ ਸਾਰਾ ਸੰਸਾਰ ਬਣਿਆ, ਜੋ ਸਾਡੀ ਨਾਜ਼ਰੀ ਪੈ ਰਿਹਾ ਹੈ, ਈਵਨ ਸਾਡਾ ਸਰੀਰ ਵੀ। ਇਹ ਮਿੱਟੀ ਤੋਂ ਹੈ, ਇਹ ਖਾਕ ਤੋਂ ਹੈ, ਪਰ ਇੱਕ ਦੇਸ ਹੈ ਉਹਦੇ ਨੂਰ ਦਾ, ਜਿਹਨੂੰ ਆਪਾਂ ਕਹਿੰਦੇ ਹਾਂ ਪਰਲੋਕ, ਸਾਡੀ ਪਹੁੰਚ ਤੋਂ ਪਰੇ ਹੈ ਉਹਦਾ ਦੇਸ, ਉਹਦਾ ਸਵਰੂਪ। ਤਾਂ ਬਾਣੀ ਵਿੱਚ ਇਹ ਵੀ ਸਮਝਾਇਆ ਗਿਆ ਵੀ ਜਿਵੇਂ ਤੂੰ ਇਹ ਦੇਸ ਵਿੱਚ ਰਹਿਣਾ ਹੈ, ਅਗਲੇ ਦੇਸ ਬਾਰੇ ਵੀ ਸੋਚ, ਜਿੱਥੇ ਤੂੰ ਅੱਗੇ ਜਾਣਾ ਹੈ। ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹੀ। ਅਤੇ ਭਗਤ ਰਵਿਦਾਸ ਸਾਹਿਬ ਜੀ ਨੇ ਬੜਾ ਸੋਹਣਾ ਇੱਕ ਅਲੰਕਾਰ ਬੰਨਿਆ, ਕਹਿੰਦੇ ਭਾਈ ਤੁਸੀਂ ਤਾਂ ਐਵੇਂ ਇਹ ਸੰਸਾਰ ਵਿੱਚ ਜਿਉਂਦੇ ਹੋ ਜਿਵੇਂ ਖੂਹ ਦੇ ਡੱਡੂ ਹੋਵੋ, ਕੂਪ ਭਰੇ ਹੋ ਜੈਸੇ ਦਾਦਰਾ, ਕਛ ਦੇਸ ਪਦੇਸ ਨਾ ਬੂਝ। ਖੂਹ ਦਾ ਡੱਡੂ ਖੂਹ 'ਚ ਹੀ ਪੈਦਾ ਹੁੰਦਾ, ਉੱਥੇ ਉਹ ਟਪੂਸੀਆਂ ਮਾਰ ਕੇ ਵੱਡਾ ਹੁੰਦਾ, ਉੱਥੇ ਉਹਨੂੰ ਮਾਤਾ ਪਿਤਾ ਮਿਲਦੇ ਨੇ, ਉੱਥੇ ਉਹਦਾ ਪਰਿਵਾਰ ਵੱਧਦਾ, ਉੱਥੇ ਉਹ ਮਰ ਜਾਂਦਾ। ਖੂਹ ਦਾ ਡੱਡੂ ਬਾਹਰ ਨਹੀਂ ਆਉਂਦਾ, ਜਨਮ ਤੋਂ ਲੈ ਕੇ ਮੌਤ ਤੱਕ ਖੂਹ ਦੇ ਵਿੱਚ ਹੀ, ਬਸ ਛੋਟੇ ਜਿਹੇ ਕੇਰੇ ਵਿੱਚ ਹੀ ਘੁੰਮਦਾ। ਇੱਥੇ ਖੂਹ ਕੀ ਹੈ? ਸਾਡਾ ਸਰੀਰ, ਵਿਕਾਰ, ਦੁਨੀਆਂ ਦੇ ਪਦਾਰਥ, ਦੁਨੀਆਂ ਦੇ ਰਸ ਕਸ। ਅਤੇ ਡੱਡੂ ਕੀ ਹੈ ਜੀ? ਸਾਡਾ ਜੀਵਨ, ਸਾਡਾ ਮਨ, ਇੱਥੇ ਘੁੰਮ ਰਿਹਾ ਸੀ। ਪਰ ਜੇ ਕੋਈ ਸਮੁੰਦਰ ਦਾ ਡੱਡੂ, ਦਰਿਆ ਦਾ ਡੱਡੂ, ਨਦੀ ਦਾ ਡੱਡੂ ਆ ਕੇ ਉੱਪਰੋਂ ਨੂੰ ਕਹੇ ਖੂਹ 'ਤੇ ਵੀ ਚੱਲ ਬਾਹਰ ਆ ਜਾ, ਇੱਥੇ ਦਾਇਰਿਆਂ 'ਚ ਕਾਹਤੋਂ ਰਹਿ ਰਹੇ ਹਾਂ, ਉਹ ਮੰਨਦੇ ਹੀ ਨਹੀਂ ਵੀ ਬਾਹਰ ਵੀ ਕੋਈ ਦੇਸ ਹੈ। ਕਿਹਨੇ ਗੱਲ ਕਹੀ? ਭਗਤ ਜੀ ਨੇ। ਕਛ ਦੇਸ ਵਿਦੇਸ ਨਾ ਬੂਝ, ਉਹ ਮੰਨਦੇ ਹੀ ਨਹੀਂ ਵੀ ਖੂਹ ਤੋਂ ਵੀ ਪਰੇ ਕੁਛ ਹੈ। ਅੱਜ ਵੀ ਬੜੇ ਲੋਕ ਨੇ ਕਹਿੰਦੇ ਆਹ ਜੱਗ ਡਿੱਠਾ, ਅਗਲਾ ਕਿਹਨੇ ਡਿੱਠਾ, ਕੌਣ ਨੇ ਜੀ ਖੂਹ ਦੇ ਡੱਡੂ, ਅੱਗੇ ਤਾਂ ਕੁਝ ਹੈ ਨਹੀਂ। ਹਾਲਾਂਕਿ ਬਾਣੀ ਵਾਰ ਵਾਰ ਕਰੀ ਵੀ ਅੱਗਾ ਵੀ ਹੈ, ਪਰ ਲੋਕ ਵੀ ਹੈ, ਉਹਦਾ ਦੇਸ ਵੀ ਹੈ, ਉਹ ਥਾਂ ਵੀ ਹੈ ਜਿੱਥੇ ਜਾ ਕੇ ਤੂੰ ਲੇਖਾ ਜੋਖਾ ਦੇਣਾ, ਜਿੱਥੇ ਤੈਨੂੰ ਸਾਰਾ ਹਿਸਾਬ ਕਿਤਾਬ ਪੁੱਛਿਆ ਜਾਣਾ। ਕਿਆ ਤੈਂ ਖੱਟਿਆ ਕਹਾਂ ਗਵਾਇਆ, ਪੁੱਛਿਆ ਜਾਣਾ ਤੈਨੂੰ ਸਾਰਾ ਕੁਝ। ਪਰ ਹੋ ਕੀ ਗਿਆ? ਕੂਪ ਭਰੇ ਹੋ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਬੂਝ, ਐਸੇ ਮੇਰਾ ਮਨ ਬਿਖਿਆ ਵਿਮੋਹਿਆ। ਕਛ ਆਰਾ ਪਾਰਨਾ ਸੂਝ ਸੂਝ, ਫਿਰ ਬੇਨਤੀ ਕੀਤੀ ਰੱਬ ਦੇ ਅੱਗੇ, ਸਗਲ ਭਵਨ ਕੇ ਨਾਇਕਾ ਇੱਕ ਛਿਣ ਦਰਸ ਦਿਖਾਏ ਜੀ ਦਿਖਾਏ ਜੀ। ਸਗਲ ਭਵਨ ਕੇ ਨਾਇਕਾ ਇੱਕ ਛਿਣ ਦਰਸ ਦਿਖਾਏ ਜੀ, ਸਗਲ ਭਵਨ ਕੇ ਨਾਇਕਾ ਇੱਕ ਛਿਣ ਦਰਸ ਦਿਖਾਏ ਜੀ,
सगल पवन के नायका एक शेन दर्श खाए जी सगल पवन के नायका एक शेन दर्श दिखाए जी हाजी सगल पवन के नायका एक शेन दर्श दिखाए जी सगल पवन के नायका एक शेन दर्श दिखाए जी सगल पवन के नायका एक शेन दर्श दिखाए जी सगल पवन के नायका एक शेन दर्श दिखाए जी 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 सगल पवन के नायका एक शेन दर्श दिखाए जी सगल पवन के नायका एक शेन दर्श दिखाए जी सगल पवन के नायका एक शेन दर्श दिखाए जी सगल पवन के नायका एक शेन दर्श दिखाए जी अगो आवाज आई रब कहना मैं तो हर जगह ती दिसदा कसूर मेरे च नहीं तेरी अख च है वो हर जगह ती है उहदे विच कोई कमी नहीं पर साडे कोल ओ अजे अख तैयार नहीं हुई जिहदे राही ओ दिसदा है मलन भई मत माधवा माधवा तेरी मत मैं लई है ये किहदे वलों उत्तर है रब वलों तेरी मत मैं लई है मैल तार दे हर जगह ते दिसूंगा तेनू मलन भई मत वाद वाह तेरी गत लखी ना जाए जोगी सुर पावे नहीं तो गुण कथन अपार प्रेम भगत के कारने कहर वदास चमार प्रेम पैदा कर अपने ते दिल विच अपने जीवन विच जे ओदे देश दा वासी तू होना बेगमपुरा सहर को नाओ दुख अंदोह नहीं थे ठाओ ये ओदा देश है जे ओदा तू वासी होना है और उहदा जिहड़ा देश है वह छिजण तो रहता है वह कदे पुराना नहीं हुंदा वह कदे खत्म नहीं हुंदा है कि अभिज पेसै फिर वह अकाल पुरख परमात्मा किसी के दिखाव्यां ते किसी के पखंडां ते भिजदा नहीं अथवा जिनी मर्जी माया दे के पदार्थ दे के उहनूं की रिझाउणा चाहे यह ते भी नहीं भिजदा खुश नहीं हुंदा कंचन स्यो पाई है नहीं तोल मान दे राम लिया है मोर के आपिज पेसै फिर वो अकाल पुरख परमात्मा किसे दे भेस तो कोई वक् वक् भेख बना लवे कदे खुश नहीं हुंदा कलगीधर ने की कहा खालसा अकाल पुरख की फौज प्रगटियो खालसा परमात्म की मौज फिर कहिंदे जब लग खालसा रह न्यारा तब लग तेज दियूं मैं सारा मेरा हाथ रहू मेरे सिख दे सिर दे उपर जब यह गह विपरन की रीत है करी जाओ
कर ही जाओ, पर ये नहीं सोचना भी जो कर रहा इसका फायदा की है, की कर रहा मैं, किहदी पूजा कर रहा, ये नहीं सोचना। मैं ना करूँ इनकी प्रतीत, भेखी प्रभु ना पाईए बिन सच्ची सिखण। सच्ची सिक्ख्या तो बिना जिन्ने मर्जी कोई भेख बना लवे रब खुश नहीं होंदा, सज़ा जरूर मिलती है। और भेख दे विच एक ताकत भी है जो कलगीधर पातशाह ने कही है, केड़ी? भेख दिखायो जागत को, लोगन को वसकीन वसकीन। अज भेख भी विकदा है, भेख एक जाल बन गया लोगों को अपने चुंगल विच फसाउण वास्ते। जदों भी भेख वेखो तां नीयत जरूर वेख लो, भेख का विरोध नहीं, गल नीयत दी है, नीयत कित्थे खड़ी है। भेख दिखायो जगत को, लोगन को वसकीन, ते मिलूगा कि अंतकाल काती कटियो बास नरक मोह लीन। ये सज़ा जरूर मिलनी है। वो अकाल पुरख परमात्मा किसी दे भी बाहरी भेखा तो कदे खुश नहीं हुंदा है। के आ गंज करम है, के आ पंज परम है। उदे जिहड़े करम ने, जो करम कर रहे है, वो कदे कट्टे नहीं जा सकते, वो कदे नाश नहीं होंदे। यही कहा जा सकता भी ये काम रब पहला करता सी ते हुण नहीं कर सकता, नहीं, वो किसी वक्त भी कुछ भी कर सकता है। ये गल तो थोपी नहीं जा सकती भी पहला वो करता सी हुण नहीं कर सकता, जां पहला वो भगतां दी रखिया करता सी पर हुण नहीं कर सकता, नहीं हुण भी करदा है। हर युग युग भगतो पाया पैज रखदा आया राम राज। तुक नूं समझो, हरेक युग विच भगत पैदा कीते हुण भी ने, पहला भी सी। हाँ वक्खरी गल है, उन्हां दी गिणती घट है। कोट मते को बिरला सेवक, होर सगले व्योहारी। हर हर समय विच युग युग भगत उपाया पैज रखदा आया राम राज। पहला भी रखदा सी हुण भी रखदा, उहदे कर्म कदे कट्टे नहीं जा सकदे। के आ गंज करम है, फिर अगे महाराज कहिंदे के आ पंज परम है। ना वो भरमां दे विच है, ना ही वो कदे भन्निया जा सकदा है, कदे नाश हुंदा है। के आ भिज लोकै, के आ दित सोकै। इह संसार दे लोक तरां तरां दे कर्म करके, पखंड करके, पदार्थ दे के उहनूं रिझा नहीं सकदे, वो भिजदा नहीं। भिजदा एक गल ते है, वो इक्को ही खुराक है उहदी, किहड़ी? प्रेम। साच कहो सुन लिहो सबै, जिन प्रेम कियो तिन ही प्रपायो। प्रेम तो बिना नहीं, गोबिंद भाओ भगत दा भुखा भुखा। प्रेम ही मार्ग है, जे उहनूं मिलना है तां अपने जीवन विच प्रेम पैदा कर। ते जिहड़े कर्म काढ करदा बाहरी दिखावे करदा, ये छड्डना कर। फिर कहिंदे के आदित सोकै। आदित कहिंदे ने सूरज नूं, जिवें भगत कबीर साहब जी तो कह, आदित करै भगत आरंभ। ऐतवार सूरज दा दिन मन्निया गया है। सूरज उहदे विच एडी ताकत है कि उह सूरज नूं भी सका सकदा है। के आदित सोकै, अथवा वह सूरजवत होके अकाल पुरख परमात्मा जिहड़े उहदी बंदगी करदे ने, जिहड़े उहदे नाल जुड़ जांदे ने, वह बंदे दी मनमत नूं, विकारी बुद्धि नूं सुका दिंदा है, खत्म कर दिंदा है। जिवें सूरज दा जिहड़ा सेक है वह कपड़े नूं सुकाउंदा है ना, इस तरह अकाल पुरख परमात्मा की जिहड़ी बंदगी करदे ने वह सूरज दी न्याई है। अकाल पुरख परमात्मा उहदा तेज प्रताप इन्ना है कि जिहड़ी विशे विशैनी बुद्धि है उहनूं वह सुका दिंदा है, विकारां नूं जीवन विचों खत्म कर दिंदा है। के अवधूत बरनै, के विभूत करनै। फिर वह अकाल पुरख परमात्मा का जिहड़ा स्वरूप है वह निर्लेप वर्णन है, वह लपाएमान नहीं हुंदा। देखो रहिंदा सारिआं दे विच है, एक जिहड़ा शराबी है, कबाबी है, जुआ खेडदा है, विशाई पुरश है, उहदे अंदर भी बैठा। ते जिहड़ा नाम जपण वाला है, रब का प्यारा, सेवा बंदगी करन वाला, उहदे अंदर भी बैठा। पर वह शराबी दे अंदर बैठा निर्लेप है, उहदी शराब का नशा उहनूं नहीं हुंदा। जिहड़ा अवगुण कमा रहा है
ਉਹਦੇ ਅਵਗਣਾਂ ਦਾ ਅਸਰ ਉਹ ਤਾਂ ਹੈ ਹੀ ਨਹੀਂ, ਨਿਰਲੇਪ ਹੈ, ਅਵਧੂਤ ਵਰਨ ਹੈ। ਇਹ ਅਕਾਲ ਪੁਰਖ ਪਰਮਾਤਮਾ ਤੇਰਾ ਜਿਹੜਾ ਸਵਰੂਪ ਹੈ ਉਹ ਨਿਰਲੇਪ ਵਰਣਨ ਕੀਤਾ ਜਾਂਦਾ ਹੈ। ਅਤੇ ਅੱਗੇ ਮਹਾਰਾਜ ਨੇ ਬਚਨ ਕੀਤੇ ਕਿ ਬੇਭੂਤ ਕਰਨਾ, ਜੋ ਵੀ ਸੰਸਾਰ ਦੇ ਵਿੱਚ ਪਦਾਰਥ ਵੇਖਿਆ ਜਾ ਰਿਹਾ, ਭਾਵੇਂ ਆਕਾਸ਼ ਹੈ ਅਤੇ ਭਾਵੇਂ ਆ ਧਰਤੀ ਹੈ, ਭਾਵੇਂ ਪਰਬਤ ਪਹਾੜ ਸਮੁੰਦਰ ਅਤੇ ਜੋ ਸਾਡੇ ਘਰ ਬਾਰ ਮਹਿਲ ਮਾੜੀਆਂ, ਇਹਨਾਂ ਨੂੰ ਬਣਾਉਣ ਵਾਲਾ ਕੌਣ ਹੈ ਜੀ? ਅਕਾਲ ਪੁਰਖ ਪਰਮਾਤਮਾ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਏ। ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀ ਅਲ ਸੋਏ। ਇੱਕ ਬੇਨਤੀ ਹੋਰ ਸਮਝਿਓ, ਅੱਜ ਬੜਾ ਰੌਲਾ ਇਹ ਗੱਲ ਦਾ। ਕਹਿੰਦੇ ਜੀ ਸਾਇੰਸ ਨੇ ਬੜਾ ਕੁਝ ਦੇਤਾ, ਸਾਇੰਸ ਨੇ ਆਹ ਕਰਤਾ, ਸਾਇੰਸ ਨੇ ਉਹ ਕਰਤਾ। ਮੇਰੇ ਕਹਿਣ ਦਾ ਭਾਵ, ਕਈ ਲੋਕ ਸਾਇੰਸ ਨੂੰ ਧਰਮ ਤੋਂ ਅੱਗੇ ਲੈ ਗਏ, ਪਰ ਇੱਕ ਗੱਲ ਪੱਲੇ ਬੰਨ ਲਿਓ, ਸਾਇੰਸ ਨੇ ਉਹਦੇ ਵਿੱਚੋਂ ਕੁਝ ਨਾ ਕੁਝ ਬਣਾਇਆ ਜੋ ਰੱਬ ਨੇ ਪਹਿਲਾਂ ਬਣਾਤਾ। ਸਾਇੰਸ ਨੇ ਨਵਾਂ ਕੁਝ ਨਹੀਂ ਬਣਾਇਆ। ਬਹੁਤ ਗੌਰ ਲਾ ਕੇ ਸੁਣਿਓ ਗੱਲ ਨੂੰ। ਮਹਾਰਾਜ ਨੇ ਚੈਲੰਜ ਕੀਤਾ ਬਾਣੀ ਵਿੱਚ, ਕਹਿੰਦੇ ਜੇ ਕੋਈ ਦੁਨੀਆ ਦਾ ਬੰਦਾ ਕੁਝ ਕਰਨ ਵਾਲਾ ਹੋਵੇ, ਰੱਬ ਨੇ ਪੰਜ ਤੱਤ ਬਣਾ ਤੇ, ਕੋਈ ਛੇਵਾਂ ਬਣਾ ਕੇ ਦਿਖਾਵੇ। ਪੰਜ ਤੱਤ ਕਰ ਤੋ ਤਾਂ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਸ ਕੀਚੈ ਹੋਵੇ, ਜੇ ਕੁਝ ਕਰਨ ਵਾਲਾ ਹੋਵੇ ਤਾਂ ਛੇਵਾਂ ਤੱਤ ਬਣਾਵੇ। ਰੱਬ ਨੇ ਸਾਡੇ ਸਰੀਰ ਵਿੱਚ ਆਤਮਾ ਪਾਤੀ, ਆਤਮਾ ਅੱਜ ਤੱਕ ਨਹੀਂ ਲੱਭੀ ਸਾਇੰਸ ਨੂੰ, ਅੱਜ ਤੱਕ ਨਹੀਂ ਲੱਭੀ। ਹਾਂ ਕੋਈ ਕਹਿ ਸਕਦਾ ਜੀ ਦੇਖੋ ਸਾਇੰਸ ਨੇ ਬੰਦੇ ਦਾ ਮੀਲਾਂ ਦਾ ਸਫ਼ਰ ਘਟਾ ਤਾ, ਜਿਹੜਾ ਪਹਿਲਾਂ ਸਾਲਾਂ ਵਧੀ ਸਫ਼ਰ ਸੀ ਹੁਣ ਘੰਟਿਆਂ 'ਚ ਹੁੰਦਾ। ਦੇਖੋ ਕਿਵੇਂ ਉੱਡਣ ਖਟੋਲੇ ਜਹਾਜ਼ ਉੱਡਦੇ ਫਿਰਦੇ ਆ, ਟ੍ਰੇਨਾਂ ਕਿੰਨੀਆਂ ਤੇਜ਼ ਚੱਲਦੀਆਂ ਸਮੁੰਦਰੀ ਬੇੜੇ। ਜਵਾਬ ਕੀ ਹੈ? ਜੇ ਰੱਬ ਆਕਾਸ਼ ਨਾ ਬਣਾਉਂਦਾ ਜਹਾਜ਼ ਕਿੱਥੇ ਉਡਾਉਂਦਾ, ਜੇ ਰੱਬ ਧਰਤੀ ਨਾ ਬਣਾਉਂਦਾ ਟ੍ਰੇਨਾਂ ਕਿੱਥੇ ਚੱਲਦੀਆਂ, ਜੇ ਰੱਬ ਸਮੁੰਦਰੀ ਨਾ ਬਣਾਉਂਦਾ ਤੂੰ ਬੇੜੇ ਕਿੱਥੇ ਬਣਾ ਚਲਾ ਲੈਂਦਾ। ਨਹੀਂ, ਇਹ ਸਾਰਾ ਕੁਝ ਕਰਨ ਕਰਾਉਣ ਵਾਲਾ ਇੱਕੋ ਹੀ ਹੈ, ਅਕਾਲ ਪੁਰਖ ਪਰਮਾਤਮਾ। ਉਹਨੇ ਕੀਤਾ ਸਾਰਾ ਕੁਝ ਕਿ ਬੇਭੂਤ ਕਰਨ ਹੈ, ਜੋ ਵੀ ਇੱਥੇ ਪਦਾਰਥ ਅਸੀਂ ਵੇਖ ਰਹੇ ਹਾਂ ਇਹਦਾ ਕਰਨ ਵਾਲਾ ਪਰਮਾਤਮਾ ਹੈ। ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ, ਉਹ ਜਿਹੜਾ ਅਕਾਲ ਪੁਰਖ ਪਰਮਾਤਮਾ ਹੈ। ਫਿਰ ਰਾਜਿਆਂ ਦੀ ਜਿਹੜੀ ਛਵੀ ਹੈ ਨਾ, ਜਿਹੜੇ ਰਾਜਿਆਂ ਦੇ ਸਿਰ 'ਤੇ ਮੁਕਟ ਰੱਖੇ ਨੇ, ਕਲਗੀਆਂ ਨੇ, ਉਹਨਾਂ ਦੀਆਂ ਮਹਿਲ ਮਾੜੀਆਂ ਨੇ, ਫੌਜਾਂ ਨੇ, ਕਲਗੀਧਰ ਕਹਿੰਦੇ ਇਹ ਵੀ ਤੇਰੇ ਕਰਕੇ ਨੇ। ਆਪਾਂ ਬਾਜਾਂ ਵਾਲੇ ਨੂੰ ਇੱਕ ਨਾਮ ਦਿੰਦੇ ਹਾਂ, ਕਿਹੜਾ? ਕਲਗੀਆਂ ਵਾਲਾ। ਸਮਝੋ ਬੇਨਤੀ, ਬਹੁਵਚਨ ਹੈ ਨਾ ਕਲਗੀਆਂ ਵਾਲਾ, ਪਰ ਕਲਗੀ ਤਾਂ ਮਹਾਰਾਜ ਇੱਕ ਲਾਉਂਦੇ ਸੀ, ਇੱਕ ਕਲਗੀ ਲਾਉਂਦੇ ਸੀ ਉਹ ਇੱਕ ਟਾਈਮ ਵਿੱਚ, ਦੋ ਨਹੀਂ ਸੀ। ਫਿਰ ਇਹ ਕਿਉਂ ਕਿਹਾ ਗਿਆ ਵੀ ਕਲਗੀਆਂ ਵਾਲਾ? ਉਹ ਐਸਾ ਸਤਿਗੁਰੂ ਸੀ, ਐਡੀ ਤਾਕਤ ਦਾ ਮਾਲਕ ਸੀ, ਉਹ ਦੂਜਿਆਂ ਦੇ ਸਿਰਾਂ 'ਤੇ ਵੀ ਕਲਗੀਆਂ ਦੀ ਦਾਤ ਦਿੱਤੀ ਹੈ ਉਹਨੇ, ਬਹਾਦਰ ਸ਼ਾਹ ਨੂੰ ਰਾਜ ਦਵਾਇਆ। ਔਰੰਗਜ਼ੇਬ ਦਾ ਪੁੱਤਰ ਸੀ ਨਾ ਬਹਾਦਰ ਸ਼ਾਹ, ਉਹਦੇ ਸਿਰ 'ਤੇ ਕਲਗੀ ਲਾਉਣ ਵਾਲਾ ਕੌਣ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ, ਕਲਗੀਆਂ ਵਾਲਾ। ਉਹ ਅਕਾਲ ਪੁਰਖ ਪਰਮਾਤਮਾ ਸਭ ਤੋਂ ਵੱਡਾ ਰਾਜਾ ਹੈ, ਤਾਂ ਹੀ ਕਿਹਾ ਤੁਮ ਹੋ ਸਭ ਰਾਜਨ ਕੇ ਰਾਜਾ, ਰਾਜਾ ਆਪੇ ਆਪ ਗਰੀਬ ਨਿਵਾਜਾ। ਅਤੇ ਜਿਹੜੇ ਆ ਦੁਨੀਆਂ ਦੇ ਰਾਜੇ ਨੇ, ਇਹ ਭੂਪਤ ਸਭ ਦਿਵਸ ਚਾਰ ਕੇ, ਇਹ ਤਾਂ ਚਾਰ ਦਿਨ ਦੇ ਪ੍ਰਾਹੁਣੇ ਨੇ, ਝੂਠੇ ਕਰਤ ਦਿਵਾਜਾ, ਝੂਠੇ ਦਾਅਵੇ ਨੇ ਇਹਨਾਂ ਦੇ ਤਾਂ। ਫਿਰ ਉਹ ਅਕਾਲ ਪੁਰਖ ਪਰਮਾਤਮਾ ਐਸਾ ਰਾਜਾ ਹੈ, ਉਹਦੇ ਰਾਜ ਦੀਆਂ ਹੱਦਾਂ ਕਿਤੇ ਨਹੀਂ, ਹੱਦਾਂ ਨਹੀਂ ਉਹਦੇ ਰਾਜ ਦੀਆਂ। ਫਿਰ ਉਹਦਾ ਹੁਕਮ ਸਾਰੀ ਕਾਇਨਾਤ 'ਤੇ ਚੱਲਦਾ ਹੈ, ਸਾਰੀ ਕਾਇਨਾਤ 'ਤੇ। ਇੱਕ ਰਾਜੇ ਦਾ ਹੁਕਮ ਉਹਦੇ ਦੇਸ਼ ਵਿੱਚ ਚੱਲ ਸਕਦਾ, ਉਹਦੀਆਂ ਹੱਦਾਂ 'ਚ ਚੱਲ ਸਕਦਾ, ਪਰ ਉਹ ਅਕਾਲ ਪੁਰਖ ਪਰਮਾਤਮਾ ਐਸਾ ਰਾਜਾ, ਉਹਦਾ ਹੁਕਮ ਸਾਰੀਆਂ ਥਾਵਾਂ 'ਤੇ ਚੱਲਦਾ ਹੈ, ਅਤੇ ਉਹਦਾ ਰਾਜ ਅਵਿਨਾਸ਼ੀ ਹੈ, ਕਦੇ ਖਤਮ ਨਹੀਂ ਹੁੰਦਾ। ਕਿ ਰਾਜਨ ਪ੍ਰਭਾ ਹੈ, ਅਤੇ ਰਾਜਾ ਵੀ ਜਾਣ ਲਵੇ, ਕੋਈ ਹੁਕਮਰਾਨ ਹੋਵੇ ਇਹ ਨਾ ਸੋਚੇ ਕਿ ਸੰਸਾਰ ਮੇਰੀ ਮੁੱਠੀ 'ਚ ਬੰਦ ਹੈ, ਬੜੇ ਆਏ
ਬੜੇ ਚਲੇ ਗਏ ਅਤੇ ਜਿਹਨਾਂ ਨੂੰ ਅਹੰਕਾਰ ਹੋ ਗਿਆ, ਜਿਹਨਾਂ ਨੂੰ ਅਹੰਕਾਰ ਹੋ ਗਿਆ ਅਤੇ ਮਹਾਰਾਜ ਨੇ ਕੀ ਕਿਹਾ, ਸੋ ਨਰਕ ਪਾਤੀ ਹੋਵਤ ਸੁਹਾਨ, ਜਿਸ ਕਹਿ ਅੰਤਰ ਰਾਜ ਅਭਿਮਾਨ, ਬੋਲੋ ਜਿਸ ਕਹਿ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਹਾਨ, ਹੋਵਤ ਸੁਹਾਨ। ਸੁਹਾਨ ਕੁੱਤੇ ਨੂੰ ਕਹਿੰਦੇ ਨੇ, ਉਹ ਨਰਕਾਂ ਦਾ ਵਾਸੀ ਹੋਊਗਾ, ਕੁੱਤੇ ਦੀ ਜੂਨ ਵਿੱਚ ਪਊਗਾ। ਕਿਹੜਾ ਜੀ? ਜਿਹਨੂੰ ਰਾਜ ਦਾ ਹੰਕਾਰ ਹੋ ਜੇ। ਮਹਾਰਾਜ ਰਾਜ ਦੇ ਵਿਰੁੱਧ ਨਹੀਂ, ਮਹਿਲ ਮਾੜੀਆਂ ਦੇ ਵਿਰੁੱਧ ਨਹੀਂ, ਤਖਤਾਂ ਤਾਜਾਂ ਦੇ ਵਿਰੁੱਧ ਨਹੀਂ, ਗੱਲ ਇੱਥੇ ਹੰਕਾਰ ਦੀ ਹੈ। ਗੱਲ ਇੱਥੇ ਇਹ ਚੱਲਦੀ ਹੈ, ਜੇ ਤੈਨੂੰ ਰਾਜ ਮਿਲਿਆ ਤਾਂ ਇਹ ਸਮਝ, ਜਿਹੜਾ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਰਾਜ ਹੈ, ਇਹ ਰਾਜ ਮੈਨੂੰ ਉਹਨੇ ਦਿੱਤਾ। ਮਹਾਰਾਜਾ ਰਣਜੀਤ ਸਿੰਘ ਜਦੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਂਦਾ ਸੀ ਨਾ, ਰਾਮਗੜੀਏ ਬੁੰਗੇ ਦੇ ਕੋਲ ਆ ਕੇ ਉਹ ਕੀ ਕਰਦਾ ਸੀ, ਜਿਹੜੀ ਉਹਦੀ ਦਸਤਾਰ ਹੁੰਦੀ ਸੀ ਤਾਜ, ਉਹਨੂੰ ਉਤਾਰ ਦਿੰਦਾ ਸੀ ਅਤੇ ਛੋਟੀ ਕੇਸਕੀ ਬੰਨ ਲੈਂਦਾ ਸੀ। ਉੱਥੇ ਆ ਕੇ ਜੇ ਪੁੱਛਦੇ, ਕਹਿੰਦੇ ਮਹਾਰਾਜ ਦੇ ਦਰ 'ਤੇ ਮੈਂ ਕੂਕਰ ਬਣ ਕੇ ਜਾਣਾ, ਰਾਜਾ ਬਣ ਕੇ ਨਹੀਂ ਜਾਣਾ। ਕੜਾਹ ਪ੍ਰਸ਼ਾਦ ਲੈਣਾ, ਵਾਪਸ ਮੁੜਨਾ। ਉਹ ਵਕਤ ਪ੍ਰਕਰਮਾਂ ਕੱਚੀਆਂ ਹੁੰਦੀਆਂ ਸੀ, ਮਾਰਬਲ ਬਾਅਦ ਵਿੱਚ ਲੱਗਿਆ। ਉਹਨੇ ਆਪਣੇ ਮੰਤਰੀ ਅਜੀਜ਼ ਨੂੰ ਉਹ ਕੜਾਹ ਪ੍ਰਸ਼ਾਦ ਫੜਾ ਦੇਣਾ ਅਤੇ ਉਹਨੂੰ ਕਹਿਣਾ, ਮੈਂ ਇੱਥੇ ਪ੍ਰਕਰਮਾਂ 'ਚ ਪੱਤੇ ਸਾਫ਼ ਕਰਦਾ। ਜੇ ਉਹਨੇ ਕਹਿਣਾ ਵੀ ਤੂੰ ਰਾਜਾ, ਕਹਿੰਦਾ ਰਾਜਾ ਹੋਊਗਾ ਤੁਹਾਡਾ, ਗੁਰੂ ਦੇ ਦਰ ਦਾ ਤਾਂ ਮੈਂ ਕੂਕਰ ਹਾਂ। ਗੱਜ ਖੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਦੇ ਦਰ ਦਾ ਕੂਕਰ ਹਾਂ ਮੈਂ, ਰਾਜਾ ਹੁਣ ਤੁਹਾਡਾ, ਤੁਹਾਡੇ ਵਰਗੇ ਲੋਕਾਂ ਦਾ, ਪਰ ਇਹਦੇ ਦਰ ਦਾ ਮੈਂ ਕੂਕਰ ਹਾਂ। ਕਿ ਰਾਜਨ ਪ੍ਰਭਾ ਹੈ, ਪਰ ਇੱਕ ਦੂਸਰਾ ਪਾਸਾ ਵੀ ਹੈ। ਬੜੇ ਹੁਕਮਰਾਨ ਆਏ, ਬੜੇ ਰਾਜੇ ਆਏ, ਬਿਰਲੇ ਹੋਣਗੇ ਰਾਜੇ ਜਨਕ ਵਰਗੇ, ਮਹਾਰਾਜਾ ਰਣਜੀਤ ਸਿੰਘ ਵਰਗੇ, ਜਿਨ੍ਹਾਂ ਦੇ ਅੰਦਰ ਧਰਮ ਦੀ ਕਣੀ ਸੀ। ਨਹੀਂ, ਆਮ ਕਰਕੇ ਰਾਜਿਆਂ ਨੇ ਕੀ ਕੀਤਾ, ਪਰਜਾ ਨੂੰ ਵੀ ਦੁੱਖ ਦਿੱਤਾ ਅਤੇ ਰੱਬ ਦੇ ਪਿਆਰਿਆਂ ਨੂੰ ਵੀ ਦੁੱਖ ਦਿੱਤਾ। ਹਿਸਟਰੀ ਬਹੁਤ ਵੱਡੀ ਹੈ। ਭਗਤ ਕਬੀਰ ਸਾਹਿਬ ਦਾ ਕੀ ਕਸੂਰ ਹੈ, ਭਗਤ ਨਾਮਦੇਵ ਦਾ ਕੀ ਕਸੂਰ ਹੈ, ਭਗਤ ਰਵਿਦਾਸ ਜੀ ਦਾ ਕੀ ਕਸੂਰ ਹੈ? ਉਹਨਾਂ ਨੇ ਤਾਂ ਕੋਈ ਸ਼ਸਤਰ ਨਹੀਂ ਸੀ ਚੁੱਕਿਆ, ਕੋਈ ਸ਼ਸਤਰ ਨਹੀਂ ਸੀ ਚੁੱਕਿਆ ਉਹਨਾਂ ਨੇ, ਨਾ ਭਗਤ ਕਬੀਰ ਸਾਹਿਬ ਨੇ, ਨਾ ਭਗਤ ਨਾਮਦੇਵ ਜੀ ਨੇ, ਨਾ ਭਗਤ ਰਵਿਦਾਸ ਜੀ ਨੇ, ਨਾ ਭਗਤ ਸਾਧਨੇ ਨੇ, ਕੋਈ ਸ਼ਸਤਰ ਨਹੀਂ ਸੀ ਚੁੱਕਿਆ। ਮੌਕੇ ਦੀਆਂ ਹਕੂਮਤਾਂ ਨੇ ਉਹਨਾਂ ਨੂੰ ਦੁੱਖ ਦਿੱਤਾ। ਭਗਤ ਕਬੀਰ ਸਾਹਿਬ ਵਰਗਿਆਂ ਨੂੰ ਗੰਗਾ ਦੇ ਵਿੱਚ ਰੋੜ ਦਿੱਤਾ ਗਿਆ। ਕਿਉਂ? ਹਕੂਮਤਾਂ ਤਲਵਾਰ ਤੋਂ ਘੱਟ ਡਰਦੀਆਂ ਨੇ, ਵਿਚਾਰ ਤੋਂ ਜ਼ਿਆਦਾ ਡਰਦੀਆਂ ਨੇ। ਨੋਟ ਕਰਿਓ, ਕਿਉਂਕਿ ਤਲਵਾਰ ਦਾ ਬਦਲ ਉਹਨਾਂ ਕੋਲ ਹੈ। ਜੇ ਕੋਈ ਤਲਵਾਰ ਚੱਕੂ ਤਾਂ ਉਹ ਤਲਵਾਰ ਚੱਕਣਗੇ, ਪਰ ਉਹਨਾਂ ਕੋਲ ਵਿਚਾਰ ਦਾ ਬਦਲ ਨਹੀਂ ਹੈ। ਹਕੂਮਤਾਂ ਸੰਤ ਦੀ ਭਗਤ ਦੀ ਵਿਚਾਰਧਾਰਾ ਤੋਂ ਡਰਦੀਆਂ ਨੇ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਕਿੱਥੋਂ ਡਰਦੀ ਸੀ? ਮੌਕੇ ਦੀ ਸਰਕਾਰ ਉਹਨਾਂ ਦੀ ਵਿਚਾਰਧਾਰਾ ਤੋਂ। ਖਰੀਦਣ ਦਾ ਯਤਨ ਵੀ ਹੋਇਆ, ਲਾਲਚ ਵੀ ਦਿੱਤੇ ਗਏ, ਪਰ ਉਹ ਵਿਕੇ ਨਹੀਂ। 6 ਜਨਵਰੀ ਨੂੰ ਜਿਹੜਾ ਦਿਹਾੜਾ ਆਪਾਂ ਮਨਾਇਆ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਪਿਛੋਕੜ ਕੀ ਹੈ ਇਹਦਾ? ਥੋੜ੍ਹੀ ਜਿਹੀ ਬੇਨਤੀ ਕਰਦੇ ਹਾਂ। ਇੱਕ ਪਾਸੇ ਮੌਕੇ ਦੀ ਹਕੂਮਤ ਹੈ ਜੋ ਸਦੀਆਂ ਤੋਂ ਟਕਰਾਉਂਦੀ ਆ ਰਹੀ ਹੈ ਗੁਰੂ ਨਾਨਕ ਦੇ ਘਰ ਨਾਲ। ਗੱਲ 1984 ਦੀ ਨਹੀਂ ਸੀ ਇਹ ਤਾਂ ਉਸੇ ਦਿਨ ਸ਼ੁਰੂ ਹੋ ਗਿਆ ਸੀ ਜਿਸ ਦਿਨ ਗੁਰੂ ਨਾਨਕ ਨੇ ਆਪਣੇ ਘਰ ਦੇ ਵਿਹੜੇ ਵਿੱਚ ਕਹਿ ਦਿੱਤਾ ਸੀ ਵੀ ਜਿਹੜਾ ਜਨੇਊ ਤੂੰ ਮੇਰੇ ਪਾਉਣ ਲੱਗਿਆ ਇਹ ਮੈਂ ਨਹੀਂ ਪਾਉਣਾ, ਜੇ ਜਨੇਊ ਪਾਉਣਾ ਤਾਂ ਸੱਚ ਦਾ ਪਾ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹੋ ਜਨੇਊ ਜੀ ਕਾ ਹੈ ਤਾਂ ਮੇਰੇ ਪਾ ਦੇ, ਮੈਂ ਬੈਠਾਂ ਜੇ ਸੱਚ ਦਾ ਜਨੇਊ ਤੇਰੇ ਕੋਲ ਹੈ। ਗੱਲ ਉਸੇ ਦਿਨ ਸ਼ੁਰੂ ਹੋ ਗਈ ਸੀ ਜਿਸ ਦਿਨ ਗੁਰੂ ਨਾਨਕ ਮਹਾਰਾਜ ਨੇ ਦੱਸ ਦਿੱਤਾ ਸੀ ਕਿ ਸਾਡੇ ਘਰ ਦਾ ਇਮਾਨ ਵੀ ਵੱਖਰ ਹੈ, ਸਾਡੇ ਘਰ ਦੀ ਪਹਿਚਾਣ ਵੀ ਵੱਖਰੀ ਹੈ, ਸਾਡੇ ਘਰ ਦਾ ਵਿਖਿਆਨ ਵੱਖਰਾ, ਸਾਡੇ ਘਰ ਦਾ ਵਿਧਾਨ ਵੱਖਰਾ, ਸਾਡੇ ਘਰ ਦਾ ਨਿਸ਼ਾਨ ਵੀ ਵੱਖਰਾ। ਇਮਾਨ ਵੱਖਰਾ, ਪਹਿਚਾਣ ਵੱਖਰੀ, ਵਿਧਾਨ ਵੱਖਰਾ, ਇਮਾਨ ਵੱਖਰਾ ਅਤੇ ਨਿਸ਼ਾਨ ਵੀ ਵੱਖਰਾ। ਮਾਰਿਆ ਸਿੱਕਾ ਜਗਤਰ ਵਿੱਚ
नानक निर्मल पंथ चलाया। और वो अस्थान ते मौके दी हुकूमत ने अटैक किया जिहदी तैयारी जनवरी 1984 तो शुरू की सी उन्होंने। किथे चकराता पिंड है एक इलाका देहरादून की धरती दे कोल, उत्थे दरबार साहब का मॉडल तैयार करके उन्होंने सारी तैयारी कर ली सी। गल जून की नहीं सी, नहीं नहीं ये जनवरी दे विच शुरू हो गया सी। चलो एक थां ते श्री अकाल तख्त साहब ते संत ज्ञानी जरनैल सिंह बैठे सी, ते बाकी दे जिहड़े 40 गुरु घरां ते अटैक होया हमले होए वो क्यों हो गए? संत तां इक जगह ते सी ना, बाकी थावां ते क्यों होए? कहानी बहुत वक्खरी है, बहुत लंबी है। ते फिर जो कुछ खालसा करदा आया, क्योंकि गुरु घर दे विच जिन्नियां भी शहादतां होईयां ने ये गुरमर्यादा वास्ते, गुरद्वारियां दी सेवा संभाल वास्ते ते गुरबाणी दे सत्कार वास्ते होई है। जे कदे मस्से ने उत्थे दी आके मर्यादा नूं भंग कीता, मस्से रंगण ने, तां फिर बीकानेर दे जंगलां विच बाबा बुढ़ा सिंह जी, ध्यान दिओ एक बाबा बुढ़ा जी होए ने जो गुरु नानक महाराज दी हजूरी च आए सी 12 साल दी उम्र च। पर वो वक्त जिहड़े जथेदार ने, जथे दे बाबा बुढ़ा सिंह ने, उन्होंने श्री साहब रख दी खालसे दे अगे, तुहाडे विचों कोई उठे मर्द सूरमा जिहड़ा जावे हरिमंदर साहब ते मस्से दा सिर ला के लैके आवे। कौन सी? भाई सुखा सिंह, भाई महताब सिंह पहुंचे सी, ला लिया मस्से दा सिर। फिर उन्होंने लै के बीकानेर दे जंगलां च, पापी आ तेरा सिर असी इत्थे नहीं रहन देना, लै गए। कहानी अगे चली, 500 गोलियां लगियां सी हरिमंदर साहब विच, 500 गोलियां। ते जिहड़े भावना वाले हिरदे सी ना, वह यह नहीं सी कहिंदे कि हरिमंदर साहब दे विच गोलियां लगियां, नहीं, वह कहिंदे सी गुरु रामदास महाराज की देह विच गोलियां मारियां, जिन्हां की भावना है हरिमंदर साहब नाल जुड़ी हुई। जिहड़े कहण ही इमारत वाले ने, मैं उन्हां दे तां गल ही नहीं करदा भी इमारत है जी दरबार साहब, इमारत नहीं, वह रब ने आप बनाया। डिठे सबे थाब नहीं तो दजेहिया, बदहो पुरख बिधातै तां तूं सोहिया। बाणी की गवाही है ना, यह बाणी की गवाही है। आप रब ने सरगुण रूप धार के उहदे विच आप लग्या सी, उहो जिस दिन बनाया सी। किवें भुल जांगे हरिमंदर साहब नूं? सब तो ज़्यादा शहादतां जे होईयां ने किसी धार्मिक स्थान वास्ते, वो श्री हरिमंदर साहब है। ता ही प्रोफेसर पूर्ण सिंह ने कहा है, सिखा जदों हरिमंदर साहब जावे तो अपनी दृष्टि नूं कदे मैल ही ना करी। क्यों? एक एक मारबल की सिल हेठ हजारां हजारां सिखां दे सिर लगे हुए ने। इन्नी पाक पवित्र थां है। सब तो ज़्यादा जे अटैक होए वह भी हरिमंदर साहब ते। जे सिक्खी विच इको एक स्थान है जिहड़ा कदे तब्दील नहीं हो सकता, वह श्री हरिमंदर साहब। जे सब तो ज़्यादा अरदास विच असी किसी भी अस्थान के दर्शनों की मंग करते हैं, वह भी श्री हरिमंदर साहब। ये महानता है, वो साडा धुर है, वो साडा केंद्र है। वो जगह पर जिन्हें भी वार किया तो जो अटैक हो गया ना, लाशां विछ गईयां परकरमा विच, सरोवर खून नाल रंगिया गया। वो वक्त संगत ने अरदास की, ऐ गुरु रामदास सचे पातशाह, ये गल नवी नहीं है, बड़े आए तेरे दर ते चढ़ के, जो भी तेरे दर ते चढ़ के आया समा पा के उहदा हिसाब खालसे ने चुकता कीता, ते हुण कृपा करो दसो आने वाला समा की है। फिर श्री मुखवाक की आया सी, किस हों जाची किस आराधी, जा सब को कीता होसी, जो जो दिसै वड्डा वडेरा, सो सो खाकू रलसी। अरदास तो बाद ये मुखवाक आया सी। बस फिर 31 अक्तूबर 1984 जयकार कियो धर्मिया का,
ਪਾਪੀ ਕੋ ਡੰਡਤੀ ਹੋਏ ਡੰਡਤੀ ਜਿਹਨੂੰ ਕਹਿੰਦੇ ਸੀ ਵੀ ਸਾਡੀ ਦੁਰਗਾ ਇਹ ਉਹਦੇ ਨਾਲ ਹਿਸਾਬ ਚੁੱਕਤਾ ਕੀਤਾ ਖਾਲਸੇ ਨੇ ਭਾਈ ਬੇਅੰਤ ਸਿੰਘ ਜੀ ਮੌਕੇ 'ਤੇ ਸ਼ਹੀਦ ਹੋਏ ਸੀ ਭਾਈ ਸਤਵੰਤ ਸਿੰਘ ਉੱਥੇ ਪਕੜੇ ਗਏ ਭਾਈ ਕੇਰ ਸਿੰਘ ਉਹਨਾਂ ਨੂੰ ਨਜਾਇਜ਼ ਵਸਾਇਆ ਗਿਆ 6 ਜਨਵਰੀ 1999 ਦਾ ਦਿਨ ਸੀ ਭਾਈ ਸਤਵੰਤ ਸਿੰਘ ਨੇ ਬਾਪੂ ਤਰਲੋਕ ਸਿੰਘ ਨੂੰ ਕੀ ਕਿਹਾ ਸੀ ਬਾਪੂ ਜੀ ਸੁਨੇਹਾ ਦੇ ਦਿਓ ਜਿਹਨੇ ਵੀ ਸ੍ਰੀ ਹਰਿਮੰਦਰ ਸਾਹਿਬ ਵੱਲ ਕੈੜੀ ਨਜ਼ਰ ਰੱਖੀ ਹੈ ਖਾਲਸੇ ਨੇ ਉਹਦੀਆਂ ਅੱਖਾਂ ਸਦਾ ਲਈ ਬੰਦ ਕਰ ਦਿੱਤੀਆਂ ਤੇ ਫਿਰ ਮੈਂ ਉਹਦਾ ਇਹ ਹਿਸਾਬ ਚੁੱਕਤਾ ਕੀਤਾ ਖਾਲਸਾ ਕਿਸੇ ਨਾਲ ਨਜਾਇਜ਼ ਨਹੀਂ ਕਰਦਾ ਨਹੀਂ ਕਰਦਾ ਕਿਸੇ ਨਾਲ ਨਜਾਇਜ਼ ਖਾਲਸਾ ਜਦੋਂ ਵੀ ਤੋੜਦਾ ਤਾਂ ਟੀਸੀ ਦਾ ਬੇਰ ਤੋੜਦਾ ਹਾਂ ਉਹਨਾਂ ਨੇ ਨਜਾਇਜ਼ ਕੀਤੀ ਉਹਨਾਂ ਨੇ ਕਿਹਾ ਵੀ ਅੱਗਾਂ ਲਾ ਦਿਓ ਟਾਇਰ ਪਾ ਦਿਓ ਘਰ ਸਾੜ ਦਿਓ ਜਦੋਂ ਵੱਡਾ ਪੇੜ ਗਿਰਦਾ ਧਰਤੀ ਹਿੱਲਦੀ ਹੈ ਅਮਿਤਾਭ ਬੱਚਨ ਵਰਗਿਆਂ ਦੇ ਬਿਆਨ ਆਏ ਸੀ ਇਹ ਜਿਹਨਾਂ ਨੂੰ ਅਸੀਂ ਹੀਰੋ ਬਣਾਇਆ ਹੋਇਆ ਪਰ ਖਾਲਸੇ ਨੇ ਕਿਸੇ ਨਾਲ ਨਜਾਇਜ਼ ਨਹੀਂ ਕੀਤੀ ਗੱਲ ਸੀ ਉਹਦੀ ਤਾਂ ਉਹਦੇ ਨਾਲ ਹੀ ਕੀਤੀ ਗੱਲ ਸੀ ਜਰਨਲ ਵੈਦਿਆ ਦੀ ਗੱਲ ਉਹਦੇ ਨਾਲ ਕੀਤੀ ਜਦੋਂ ਵੀ ਤੋੜਿਆ ਖਾਲਸੇ ਨੇ ਟੀਸੀ ਦਾ ਵੇਰ ਤੋੜਿਆ ਪਰ ਆਮ ਕਰਕੇ ਇਹ ਹੁਕਮਰਾਨ ਲੋਕ ਰਾਜੇ ਲੋਕ ਅਕਾਲ ਪੁਰਖ ਪਰਮਾਤਮਾ ਦੀ ਦਾਤ ਨੂੰ ਭੁੱਲ ਜਾਂਦੇ ਨੇ ਅਤੇ ਕਲਗੀਧਰ ਨੇ ਕੀ ਕਿਹਾ ਅੱਜ ਇਹ ਅਕਾਲ ਪੁਰਖ ਪਰਮਾਤਮਾ ਕਿ ਰਾਜੰ ਪ੍ਰਭਾ ਹੈ ਜੋ ਵੀ ਰਾਜਿਆਂ ਦੀ ਛਵੀ ਹੈ ਮਾਨ ਪ੍ਰਤਿਸ਼ਠਾ ਇਹ ਦਾਤ ਦੇਣ ਵਾਲਾ ਵੀ ਤੂੰ ਹੈ ਕਿਉਂਕਿ ਤੂੰ ਸਭ ਤੋਂ ਵੱਡਾ ਰਾਜਾ ਹੈ ਕਿ ਧਰਮੰ ਤੁਜਾ ਹੈ ਤੂੰ ਧਰਮ ਦਾ ਨਿਸ਼ਾਨ ਹੈ ਤੇਰਾ ਨਿਸ਼ਾਨ ਕਦੇ ਖਤਮ ਨਹੀਂ ਹੋਣਾ ਤੇਰਾ ਧਰਮ ਤੇਰੀ ਗੱਲ ਕਦੇ ਖਤਮ ਨਹੀਂ ਹੋਣੀ ਬੁੱਧ ਮਤ ਦੇ 3 ਸੂਤਰ ਨੇ ਬੜੇ ਪਿਆਰੇ ਉਹ ਕਹਿੰਦੇ ਨੇ ਬੁੱਧੰ ਸ਼ਰਨੰ ਗਾਮੀ ਪਹਿਲਾ ਸੂਤਰ ਹੈ ਉਹਨਾਂ ਦਾ ਭਾਵ ਕੀ ਹੋਇਆ ਮੈਂ ਬੁੱਧ ਦੀ ਸ਼ਰਨ ਵਿੱਚ ਹਾਂ ਕਿਸੇ ਕਿਹਾ ਵੀ ਬੁੱਧ ਨੇ ਕਿਹੜਾ ਸਦਾ ਰਹਿਣਾ ਦੂਜਾ ਸੂਤਰ ਬੋਲਿਆ ਸੰਗ ਸ਼ਰਨੰ ਗਾਮੀ ਜਿਨ੍ਹਾਂ ਨੇ ਬੁੱਧ ਦੀ ਸੰਗਤ ਕੀਤੀ ਮੈਂ ਉਹਨਾਂ ਦੀ ਸ਼ਰਨ ਵਿੱਚ ਹਾਂ ਫਿਰ ਜਵਾਬ ਮਿਲਿਆ ਉਹਨਾਂ ਨੇ ਵੀ ਨਹੀਂ ਰਹਿਣਾ ਤੀਜਾ ਸੂਤਰ ਬੋਲਿਆ ਧਰਮੰ ਸ਼ਰਨ ਗਾਮੀ ਮੈਂ ਧਰਮ ਦੀ ਸ਼ਰਨ ਵਿੱਚ ਹਾਂ ਧਰਮ ਨੇ ਕਦੇ ਨਾਸ਼ ਨਹੀਂ ਹੋਣਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਣ ਜਪਿਓ ਗੁਰਮੰਤ ਗੁਰਮੰਤ ਅਤੇ ਉਹਦੇ ਧਰਮ ਦਾ ਜਿਹੜਾ ਨਿਸ਼ਾਨ ਹੈ ਉਹ ਵੀ ਸਦੀਵ ਹੈ ਜੋ ਉਹਦੇ ਘਰ ਦਾ ਸੁਨੇਹਾ ਦਿੰਦਾ ਹੈ ਅਤੇ ਆਹ ਜਿਹੜਾ ਨਿਸ਼ਾਨ ਸਾਹਿਬ ਝੁੱਲ ਰਿਹਾ ਹੈ ਨਾ ਤੁਸੀਂ ਜਾਓ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ 2 ਨਿਸ਼ਾਨ ਝੁੱਲਦੇ ਨੇ ਇੱਕ ਮੀਰੀ ਦਾ ਇੱਕ ਪੀਰੀ ਦਾ ਪ੍ਰਤੀਕ ਹੈ ਇੱਕ ਭਗਤੀ ਦਾ ਇੱਕ ਸ਼ਕਤੀ ਦਾ ਪ੍ਰਤੀਕ ਹੈ ਇੱਕ ਦੇਗ ਦਾ ਇੱਕ ਤੇਗ ਦਾ ਪ੍ਰਤੀਕ ਹੈ ਔਰ ਇਹ ਜਿਹੜਾ ਨਿਸ਼ਾਨ ਸਾਹਿਬ ਹੈ ਚੁੱਪ ਦੀ ਭਾਸ਼ਾ ਦੇ ਵਿੱਚ ਸਾਨੂੰ ਬਹੁਤ ਕੁਝ ਸਮਝਾ ਰਿਹਾ ਹੈ ਐਵੇਂ ਨਹੀਂ ਕੁਰਬਾਨੀ ਹੀ ਨਿਸ਼ਾਨੀ ਨੂੰ ਸਦਾ ਸਮਝ ਕੇ ਰੱਖਦੀ ਹੈ ਨੋਟ ਕਰਿਓ ਕੁਰਬਾਨੀ ਹੀ ਨਿਸ਼ਾਨੀ ਨੂੰ ਸਦਾ ਸਾਂਭ ਕੇ ਰੱਖਦੀ ਹੈ ਇਹ ਨਿਸ਼ਾਨਾਂ ਨੂੰ ਉੱਚੇ ਰੱਖਣ ਵਾਸਤੇ ਪਤਾ ਨਹੀਂ ਕਿੰਨੇ ਕੁ ਸਿੰਘਾਂ ਨੇ ਸਿਰ ਦਿੱਤੇ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਸਿੱਖ ਹੋਇਆ ਭਾਈ ਆਲਮ ਸਿੰਘ ਕੌਣ ਸੀ ਇਹ ਨਿਸ਼ਾਨ ਲੈ ਕੇ ਅੱਗੇ ਚੱਲਿਆ ਕਰਦਾ ਸੀ ਜਦੋਂ ਮੁਹਿੰਮ 'ਚ ਜਾਣਾ ਇਹਨੇ ਅੱਗੇ ਹੋਣਾ ਨਿਸ਼ਾਨ ਲੈ ਕੇ ਕਿਸੇ ਨੇ ਨਗਾਰਾ ਵਜਾਉਣਾ ਕਿਸੇ ਨੇ ਨਿਸ਼ਾਨ ਲੈ ਕੇ ਚੱਲਣਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਕਲਗੀਧਰ ਨੇ ਨਿਸ਼ਾਨ ਦਿੱਤੇ ਸੀ 12 ਮਿਸਲਾਂ ਦੇ ਵਿੱਚੋਂ ਇੱਕ ਮਿਸਲ ਦਾ ਨਾਮ ਸੀ ਨਿਸ਼ਾਨ ਵਾਲੀ ਮਿਸਲ ਜੋ ਨਿਸ਼ਾਨ ਅੱਗੇ ਲੈ ਕੇ ਚੱਲਦੀ ਸੀ ਇਹ ਨਿਸ਼ਾਨ ਸਾਹਿਬ ਦਾ ਇਤਿਹਾਸ ਹੈ ਭਾਈ ਆਲਮ ਸਿੰਘ ਜਦੋਂ ਰਣ ਤੱਤੇ ਵਿੱਚ ਗਿਆ ਜਾਲਮ ਬੋਲਿਆ ਕਹਿੰਦਾ ਨਿਸ਼ਾਨ ਹੇਠਾਂ ਕਰ ਲਾ ਤੇਰਾ ਮੈਂ ਹੱਥ ਵੱਢ ਦੂੰ ਭਾਈ ਆਲਮ ਸਿੰਘ ਕਹਿੰਦਾ ਜੀ ਹੱਥ ਵੱਢ ਦੇਗਾ ਨਾ ਜਿਹੜਾ ਝੰਡੇ ਦਾ ਡੰਡਾ ਮੈਂ ਪੈਰਾਂ ਨਾਲ ਸਾਂਭ ਲੂੰ ਕਹਿੰਦਾ ਮੈਂ ਤੇਰੇ ਪੈਰ ਵੀ ਕੱਟ ਦੂੰ ਕਹਿੰਦਾ ਫਿਰ ਮੈਂ ਦੰਦਾਂ ਨਾਲ ਸਾਂਭ ਲੂੰ ਕਹਿੰਦਾ ਮੈਂ ਤੇਰਾ ਸਿਰ ਲਾ ਦੂੰ ਜਾਲਮ ਕਹਿੰਦਾ ਜਿਉਂ ਹੀ ਉਹ 'ਤੇ ਵਾਰ ਕੀਤਾ ਉਸੇ ਵਕਤ ਧੰਨ ਬਾਬਾ ਅਜੀਤ ਸਿੰਘ ਆ ਗਏ
ਨਿਸ਼ਾਨ ਸਾਹਿਬ ਗਿਰਨ ਤੋਂ ਪਹਿਲਾਂ ਨਿਸ਼ਾਨ ਸਾਹਿਬ ਚੱਕ ਲਿਆ, ਡਿੱਗਣ ਨਹੀਂ ਸੀ ਦਿੱਤਾ ਨਿਸ਼ਾਨ ਸਾਹਿਬ। ਭਾਈ ਆਲਮ ਸਿੰਘ ਨੇ ਵਾਰ ਸਹਿਆ ਪਰ ਨਿਸ਼ਾਨ ਨਹੀਂ ਡਿੱਗਣ ਦਿੱਤਾ। ਇੱਕ ਨਹੀਂ, ਇਸ ਤਰ੍ਹਾਂ ਦੀਆਂ ਬੜੀਆਂ ਘਟਨਾਵਾਂ ਨੇ। ਜੇ ਅੱਜ ਦਿੱਲੀ ਦੀਆਂ ਬਰੂਹਾਂ 'ਤੇ ਸਿੱਖ ਬੈਠੇ ਨੇ, ਕਿਸਾਨ ਵੀਰ ਬੈਠੇ ਨੇ, ਕੌਣ ਲੈ ਕੇ ਗਿਆ ਜੀ ਉੱਥੇ ਉਹਨਾਂ ਨੂੰ? ਕੇਸਰੀ ਨਿਸ਼ਾਨ, ਆਹੀ ਸੀ ਨਾ। ਪਹਿਲਾਂ ਕੀ ਸੀ? ਉਹ ਤਾਂ ਬਜ਼ੁਰਗ ਕਹਿੰਦੇ ਸੀ ਬੱਸ ਵੀ ਜਿੱਥੇ ਰੋਕ ਲਿਆ ਉੱਥੇ ਹੀ ਬਹਿ ਜਾਂਗੇ। ਇਹ ਤਾਂ ਕੋਈ ਕਲਾ ਵਰਤੀ, ਫਿਰ ਕੇਸਰੀ ਨਿਸ਼ਾਨ ਨੇ ਅਗਵਾਈ ਕੀਤੀ। ਆ ਕੁਝ ਕੁ ਦਿਨ ਹੋਏ ਮੈਂ ਇੱਕ ਆਲਮ ਨੂੰ ਸੁਣ ਰਿਹਾ ਸੀ ਕਿ ਜਿਹੜਾ ਧਰਮ ਯੁੱਧ ਮੋਰਚਾ ਲੱਗਿਆ ਜਾਂ ਪੰਜਾਬੀ ਮੋਰਚਾ 1982 ਵਿੱਚ ਸ਼ੁਰੂ ਹੋਇਆ ਸੀ, ਜਿਹਦੀ ਅਗਵਾਈ ਸੰਤਾਂ ਨੇ ਕੀਤੀ ਸੀ, ਕਿ ਮੁੜ ਕੇ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਮੋਰਚਾ ਨਹੀਂ ਲੱਗਿਆ। ਤੁਸੀਂ ਸਾਰੇ ਪੜ੍ਹੇ ਲਿਖੇ ਬੈਠੇ ਹੋ, ਅੱਜ ਵੀ ਜਿੱਥੇ ਚਾਰੇ ਬਾਰਡਰਾਂ 'ਤੇ ਕਿਸਾਨ ਭਰਾ ਸਾਡੇ ਬੈਠੇ ਨੇ ਨਾ, ਉੱਥੇ ਨਿਹੰਗ ਫੌਜਾਂ ਵੀ ਪਹੁੰਚੀਆਂ ਹੋਈਆਂ, ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਉੱਥੇ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੈ ਅਤੇ ਪਾਠੀ ਸਿੰਘ ਦੀ ਪਿੱਠ ਦਿੱਲੀ ਵੱਲ ਹੈ, ਪੰਜਾਬ ਵੱਲ ਮੂੰਹ ਹੈ, ਅਤੇ ਅਗਵਾਈ ਕੌਣ ਕਰ ਰਿਹਾ? ਧੰਨ ਸਾਹਿਬ ਸ੍ਰੀ ਗੁਰੂ। ਇਹ ਆਪੋ ਆਪਣੀ ਸੋਚ ਹੈ ਨਹੀਂ, ਐਡੇ ਇਕੱਠ ਨੂੰ ਸਾਂਭਣਾ, ਜਾਤਾਂ ਤੋਂ ਉੱਪਰ ਉੱਠ ਜਾਣਾ, ਧਰਮਾਂ ਤੋਂ ਉੱਪਰ ਉੱਠ ਜਾਣਾ, ਭਾਸ਼ਾਵਾਂ ਤੋਂ ਉੱਪਰ ਉੱਠ ਜਾਣਾ, ਇਹ ਕੋਈ ਕਲਾ ਵਰਤਰੀ ਹੈ? ਇਹ ਕਿਸੇ ਬੰਦੇ ਦਾ ਕੰਮ ਨਹੀਂ ਹੈ। ਮਤਾ ਸੋਚੇ ਕੋਈ ਬੰਦਾ ਚਲਾ ਲੂ ਇਹਨੂੰ, ਨਹੀਂ, ਇਹ ਕੋਈ ਕਲਾ ਹੈ। ਕੇਸਰੀ ਨਿਸ਼ਾਨ ਦੀ ਮੈਂ ਗੱਲ ਕਰ ਰਿਹਾ ਸੀ, ਇਹਦੇ ਵਿੱਚ ਕੀ ਹੈ